हाय गाइस जी, की हाल है। अच्छा आज ना मेरे, बल्कि उर्दू में बोले आपके साथ, आज ना मेरे बड़े बेटे की यानी बर्थडे की पार्टी है। बर्थडे तो उसकी 6 अक्टूबर को है, अली अकबर, और उसने हमें ट्रीट दी है। साल की उसने ना कमेटी डाली थी, बड़ी बड़ी कमेटी, 10,000 रुपये वाली, यानी 10,000 महीने का नहीं, 500 रुपये महीने का। तो 1.5 साल के बीच उन्हें कमेटी लानी है, क्योंकि वो कह रहा था कि मैंने हवेली, किड़ा होटल है, हवेली रेस्टोरेंट में आपको ट्रीट देनी है। तो हम लोग ना अब उधर जा रहे हैं खाना खाने, तो आपने हमारे साथ ही रहना उधर का, आप लोगों ने सारा व्यूज भी देखना है। और छेती तैयार हो जाए यार, तुसी हुण कितनी देर लानी है? बस 5 मिनट जी तैयार। 5 मिनट? 5 मिनट का मतलब हुंदा है 1 घंटा। चलो थोड़ा ये बता दो, मैं तुहाडे नाल बाद च आया ते मैं तैयार होके, पहले मैं ते इन्नी व्याह ते तैयारी नहीं सी कीती, मैं ते आप ही घर नहा धो के शेव करके, याद नहीं हैगा कि मैं ते ब्यूटी पार्लर उदो कदों हुंदे, असीं ते घर ही तैयार नहीं, उदो कदों हुंदे तुसीं घरों तैयार होके गए। ते हुण उत्थे पहले ही डिसाइड कर लो की खाना, उत्थे जाके मुंह ना पाड़िया करो, दो बोतलां पींदे हो फिर तुसीं उत्थे, तुहानूं पता हुंदा कि भई इत्थे कुछ बोल नहीं सकदा, ते दो बोतलां बस कर दो, इन्नी भी ना करो, दो बोतलां। असीं वनडे आए आ ना, इत्थे डिसाइड कर लो की खाना। असीं ते मतलब बच्चियां ने ते अपना हिसाब है, मैं ते तुहानूं पता है जो मैं पसंद है बारबेक्यू, मैं ते बारबेक्यू तुहानूं पता है पसंद, हां जिनी देर तक तैयार हो रहे ना टिक्के कबाब, उन्नी देर तक कोई 100-200 वाला रायता पी जान, लोकी चमचिया नाल ही पी भी जांदे ने, फिर नवे रायता जो सालन रोटी आंदी उहदे नाल फिर एक नवा आर्डर उहनां नूं पता मिलना, लोकी सलाद भी पीड़ जांदे ने, प्याज भी खा जांदे ने, क्योंकि जिन्ने गोश्त या कड़ाई या टिक्के खाने होंदे ना उह सवेरे ही रोजा रख लैंदा कि अज राती ना मैं ऐ खान जाना। तुहानूं किवें पता मैं क्योंकि मैं लाहौर दा जंपा ला, मैं लाहौर दा रहण वाला, तो गाइस खाबे नूं पेंजे, गाइस लाहौर के जो लोग होते हैं आपको पता ही है, गुजरांवाला लाहौर खान पीन दा ਇਹ ਭਲਵਾਨਾਂ ਦੇ ਸ਼ਹਿਰ ਨੇ, ਲਾਹੌਰ ਤੇ ਗੁਜਰਾਲ ਇਹ ਟੌਪ ਦੇ ਉੱਤੇ ਹੈਗੇ ਨੇ ਖਾਬੇ ਨੂੰ ਪੇਂਜਾ, ਬਾਕੀ ਵੀ ਪੰਜਾਬ ਦੇ ਲੋਕ ਸਾਰੇ ਹੀ ਖਾਂਦੇ ਪੀਂਦੇ ਨੇ, ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜਾ ਲਾਹੌਰ ਔਰ ਗੁਜਰਾਲ ਇੱਥੇ ਲੋਕ, ਯਕੀਨ ਕਰੋ ਮੈਂ ਤੁਹਾਨੂੰ ਬਿਲਕੁਲ ਜੈਨੂਇਨ ਗੱਲ ਦੱਸਣ ਲੱਗਾ, ਸਾਰਾ ਦਿਨ ਮਿਹਨਤ ਮਜ਼ਦੂਰੀਆਂ ਕਰਦੇ ਨੇ ਮੁੰਡੇ, ਠੀਕ ਹੈ ਜੀ ਬੰਦੇ, ਤੇ ਰਾਤ ਨੂੰ ਯਾਨੀ ਪੂਰੀ ਦਿਹਾੜੀ ਚ ਮਿਹਨਤ ਕਰਕੇ ਜੇ ਉਹਨੇ 600 ਜਾਂ 700 ਕਮਾਇਆ ਨਾ, ਉਹਨੇ 1,000 ਰੁਪਈਏ ਦੀ ਰਾਤ ਨੂੰ ਰੋਟੀ ਖਾਣੀ ਜੇ। ਇਹ ਬਾਹਰ ਤੁਸੀਂ ਹੋਟਲਾਂ ਤੇ ਨਿਕਲੋ ਨਾ ਲਾਹੌਰ ਤੇ, ਤੁਹਾਨੂੰ ਇੰਝ ਲੱਗੇਗਾ ਘਰ ਕੋਈ ਹਾਂਡੀ ਪਕਾਉਂਦਾ ਹੀ ਨਹੀਂ, ਕਿਉਂਕਿ ਘਰੋਂ ਰੱਜ ਕੇ ਰੋਟੀ ਖਾ ਕੇ ਨਾ ਫਿਰ ਕਹਿੰਦੇ ਨੇ ਚਲਾ ਯਾਰ ਦਿਲ ਕਰਦਾ ਪਿਆ ਬਾਹਰੋਂ ਨਾ ਕੁਛ ਖਾ ਆਈਏ, ਰੱਜ ਕੇ ਰੋਟੀ ਵੀ ਖਾਧੀ ਹੋਵੇ ਤੇ ਰਾਤ ਨੂੰ ਫਿਰ ਨਿਕਲ ਜਾਂਦੇ ਨੇ, ਦਿਲ ਕਰੇ ਤੇ ਰਾਤੀ 2-3 ਵਜੇ ਤੁਸੀਂ 2-3 ਵਜੇ ਵੀ ਨਿਕਲੋ ਫੂਡ ਸਟਰੀਟਾਂ ਚ, ਬਾਜ਼ਾਰਾਂ ਦੇ ਵਿੱਚ, ਇੱਛਰਾ ਤੇ ਗੁਆਲ ਮੰਡੀ ਤੇ ਅੰਦਰੂਨ ਲਾਹੌਰ, ਭਾਟੀ ਲਵਾਰੀ, ਦਾਤਾ ਸਾਹਿਬ, ਯਾਨੀ ਕਿਸੇ ਵੀ ਹੁਣ ਤੇ ਲਾਹੌਰ ਦੀ ਹਰ ਜਗ੍ਹਾ, ਮੁਸਲਿਮ ਟਾਊਨ, ਕਿਧਰੇ ਵੀ ਚਲੇ ਜਾਓ ਤੁਸੀਂ, ਗੁਲਸ਼ਨ ਰਾਵੀ, ਇਕਬਾਲ ਟਾਊਨ, ਹਾਂਜੀ ਚੁੰਗੀ, ਅਮਰ ਸੱਦੂ, ਮੁਲਤਾਨ ਚੁੰਗੀ, ਜਿੱਥੇ ਜਿੱਥੇ ਤੱਕ ਲਾਹੌਰ ਹੈ, ਬਹਿਰੀਆ ਟਾਊਨ, ਸਾਰੀ ਰਾਤ ਹੋਟਲ ਖੁੱਲ੍ਹੇ ਤੇ ਖਾਈ ਜਾਂਦੇ ਨੇ, ਖਾਈ ਜਾਂਦੇ ਨੇ, ਥੱਕ ਕੇ ਤੇ ਛੱਡਦੇ ਜੇ ਲਾਹੌਰੀ ਰੋਟੀ।
ਉਂਜ ਨੇ। ਅੱਛਾ ਖਾਣ ਤੇ ਯਾਦ ਆਇਆ ਮਿੱਠਾ ਵੀ ਖਾਣਾ ਹੈ ਅਸੀਂ। ਮਿੱਠਾ ਤੁਸੀਂ ਕਿਤੇ ਵਿਆਹ ਤੇ ਚੱਲੇ ਹੋ? ਬੱਚਿਆਂ ਨੇ ਜਮਨ ਆਈਸਕ੍ਰੀਮ ਤੇ ਤੁਹਾਨੂੰ ਪਤਾ ਮੈਨੂੰ ਤੇ ਫਲੂਦਾ ਪਸੰਦ ਹੈ। ਮੈਂ ਇਹ ਗੋਲੀਆਂ ਮੈਂ ਨਾਲ ਲੈ ਕੇ ਚੱਲਾਂ, ਇਹ ਖਾ ਲੈਣਾ ਉੱਥੇ ਆ ਇੱਥੇ ਕੋ ਗੋਲੀ ਤੁਹਾਨੂੰ ਹੈ। ਗੋਲੀਆਂ ਮੇਰੀ ਜੇਬ ਵਿੱਚ ਬਰਨ ਪੰਜਾਹ ਰੁਪਏ ਤੋਂ ਵੱਧ ਕੁਲਫੀ ਕਿਸੇ ਨੇ ਮਿਲਣੀ ਬਾਬੇ ਦੀ? ਬਾਬੇ ਦੀ ਕੁਲਫੀ ਹੁਣ ਪੰਜਾਹ ਰੁਪਏ ਵਾਲਾ ਦੌਰ ਚਲਾ ਗਿਆ ਹੋਵੇ। ਕਿਉਂ ਪਹਿਲੇ 90 ਦੇ ਦੌਰ ਤੋਂ ਬਾਹਰ ਆ ਗਏ? ਪਹਿਲੇ 20 ਦੀ ਆਂਦੀ ਸੀ ਹੁਣ 50 ਦੀ, ਬਿਲਕੁਲ ਛੋਟੀ ਕੁਲਫੀ। ਲੋ ਜੀ ਗਾਇਜ਼, ਹੁਣ ਅਸੀਂ ਚੱਲੇ ਜੇ ਤੇ ਅੱਲਾ ਖੈਰ ਕਰੇ ਉੱਥੇ ਤੁਹਾਨੂੰ ਨਜ਼ਾਰੇ ਵਿਖਾਉਂਦੇ ਆ ਜਾ ਕੇ। ਠੀਕ ਹੈ ਜੀ, ਚਲੋ ਨਿਕਲੋ ਸਾਡੇ ਨਾਲ ਰਿਹਾ ਜੇ, ਜਾਣਾ ਨਹੀਂ ਕਿਤੇ ਜੀ। ਗਾਇਜ਼ ਇੱਥੇ ਆ ਗਿਆ ਜੀ ਹਵੇਲੀ, ਪਿੱਛੇ ਬਾਸੇ ਮਸਜਿਦ। ਸੋਨੇ ਦਾ ਬਾਵਾ ਵੇਖ ਲਓ ਜੀ ਗਾਇਜ਼, ਇਹ ਹਵੇਲੀ ਹੋਟਲ ਜਿਹੜਾ ਹੈ ਜਾਂ ਰੈਸਟੋਰੈਂਟ ਜਾਂ ਜੋ ਵੀ ਕਹਿ ਲਓ, ਉਹਦੇ ਅੰਦਰ ਦਾ ਮੰਜ਼ਰ ਹੈ। ਬੜੀਆਂ ਖੂਬਸੂਰਤ ਪੇਂਟਿੰਗਾਂ ਨੇ, ਮੁਗਲ ਆਰਟ। ਆਰਟ ਦਾ ਬੜਾ ਹੀ ਖੂਬਸੂਰਤ ਕੰਮ ਹੋਇਆ ਹੈ ਇਸ ਹਵੇਲੀ 'ਚ। ਦਰਵਾਜ਼ੇ ਬਹੁਤ ਹੀ ਵਧੀਆ ਲੈਦਰ ਦੇ ਉੱਤੇ, ਲੈਦਰ ਦੇ ਉੱਤੇ ਕੈਲੀਗ੍ਰਾਫੀ ਹੋਈ, ਲੈਦਰ ਦੇ ਉੱਤੇ ਕੈਲੀਗ੍ਰਾਫੀ ਹੋਈ ਹੈ। ਲੈਦਰ ਕਿਉਂਕਿ ਪਹਿਲੇ ਜਿਹੜੇ ਕੁਰਾਨ ਲਿਖਿਆ ਜਾਂਦਾ ਸੀ ਲੈਦਰ ਦੇ ਉੱਤੇ ਲਿਖਿਆ ਜਾਂਦਾ ਸੀ, ਚਮੜੇ ਦੇ ਉੱਤੇ, ਪੁਰਾਣੇ ਦੌਰ 'ਚ ਜਦੋਂ ਕਾਗਜ਼ ਨਹੀਂ ਸੀ ਹੁੰਦਾ। ਦੇਖੋ ਜੀ ਇਹ ਖੂਬਸੂਰਤ ਮਿਊਜ਼ੀਅਮ ਔਰ ਐਂਟੀਕ ਸਾਰੇ ਬਰਤਨ। ਅਰੇ
ਲੋ ਜੀ ਦੇਖੋ ਕੈਸੀ ਕੈਸੀ ਖੂਬਸੂਰਤ ਚੀਜ਼ਾਂ ਨੇ ਔਰ ਮੇਰੀ ਫੇਵਰੇਟ ਚੀਜ਼ਾਂ ਨੇ, ਮਤਲਬ ਐਂਟੀਕ ਆਰਟ ਦੇ ਨਾਲ ਰਿਲੇਟਿਡ ਹੁੰਦੀਆਂ ਨੇ ਕਿਉਂਕਿ ਔਰ ਮੈਨੂੰ ਆਰਟ ਦਾ ਤੁਹਾਨੂੰ ਪਤਾ ਹੀ ਹੈ ਕਿ ਸ਼ੌਕ ਵੀ ਹੈ। ਹਾਂਜੀ ਪਤਾ ਹੈ ਇਹ ਸੁਰਮੁਚੂ ਮੇਰੇ ਕੋਲ ਪਿਆ ਹੋਇਆ। ਹਾਂਜੀ ਮੇਰੇ ਕੋਲ ਸੁਰਮੁਚੂ ਪਿਆ ਹੋਇਆ। ਲੋ ਜੀ ਇਹ ਮੋਬਾਈਲ ਕਿਸੇ ਦਾ ਇੱਥੇ ਗੁਆਚਿਆ ਹੋਇਆ ਸੀ ਅਤੇ ਉਹ ਸਾਨੂੰ ਲੱਭਿਆ ਅਤੇ ਉਹ ਕਰੀਬ ਹੀ ਗਏ ਸਨ ਲੋਕ ਅਤੇ ਉਹਨਾਂ ਨੂੰ ਫੜਾ ਦਿੱਤਾ ਬੇਟੇ ਮੇਰੇ ਨੇ। ਪੂਰੀ ਜੰਜ ਵੀ ਪਾਨ ਹੁੰਦੇ ਸਨ, ਉਦੋਂ ਪਾਨ ਦੇ ਸ਼ੌਕੀਨ ਬੜੇ ਸਨ। ਬਹੁਤ ਹੀ ਅੰਟੀਕ ਚੀਜ਼ਾਂ ਨੇ। ਸੁਰਾਈਆਂ ਨੇ ਇਹ ਸਮਾਂ ਵਾਰ ਚਾਹੇ